ਸਤਿ ਸ਼੍ਰੀ ਅਕਾਲ ਮੇਰੇ ਜਾਨੀ ਰੂਪਕੌਰ ਵੱਲੋਂ ਤੁਹਾਡਾ ਆਡੀਓ ਨਾਵਲ 'ਚ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਸਾਹਮਣੇ ਜਸਵੰਤ ਸਿੰਘ ਕਵਲ ਹੋਰਾਂ ਦੀ ਰਚਨਾ ਸੱਚ ਨੂੰ ਫਾਂਸੀ ਲੈ ਕੇ ਹਾਜ਼ਰ ਹੋਈਆਂ। ਆਓ ਸ਼ੁਰੂ ਕਰੀਏ। ਭਾਗ ਪਹਿਲਾ। ਸਿੰਧ ਐਕਸਪ੍ਰੈਸ ਰਾਈ ਵਿੰਡ ਆ ਕੇ ਰੁਕੀ। ਸਾਰੀ ਗੱਡੀ ਵਿੱਚ ਬੜੀ ਭੀੜ ਸੀ। ਬਾਹਰ ਲੀਆਂ ਸਵਾਰੀਆਂ ਅੰਦਰ ਲੀਆਂ ਨਾਲ ਚੜਨ ਲਈ ਵਕੀਲਾ ਮੰਗ ਤਕਰਾਰ ਕਰ ਰਹੀਆਂ ਸਨ। ਇਸੇ ਤਰ੍ਹਾਂ ਇੱਕ ਜੁਬਤੀ ਆਪਣਾ ਸੂਟਕੇਸ ਚੁੱਕੀ ਇੰਟਰ ਦੇ ਡੱਬੇ ਵਿੱਚ ਵੜਨਾ ਚਾਹੁੰਦੀ ਸੀ ਪਰ ਦਰਵਾਜ਼ੇ ਵਿੱਚ ਇੱਕ ਫੌਜੀ ਕਲਰਕ ਅੜਿਆ ਖੜੋਤਾ ਸੀ ਉਹ ਫੌਜੀ ਰੋਗ ਵਿੱਚ ਆਖ ਰਿਹਾ ਸੀ ਤੁਸੀਂ ਜਨਾਨੇ ਡੱਬੇ ਵਿੱਚ ਕਿਉਂ ਨਹੀਂ ਜਾਂਦੇ ਇੱਥੇ ਕੋਈ ਥਾਂ ਨਹੀਂ ਮੇਰਾ ਵੀ ਤੁਹਾਡੇ ਜਿੰਨਾ ਹੀ ਹੱਕ ਹੈ ਤੁਸੀਂ ਦਰਵਾਜ਼ਾ ਕਿਉਂ ਨਹੀਂ ਖੋਲਦੇ ਕੁੜੀ ਦੇ ਚਿਹਰੇ ਤੇ ਗੁੱਸਾ ਸਾਫ਼ ਦਿਸ ਰਿਹਾ ਸੀ ਦਰਵਾਜ਼ਾ ਨਹੀਂ ਖੁੱਲੇਗਾ ਗਵਰਨਮੈਂਟ ਤੇ ਮੁਲਾਜ਼ਮ ਹੋਣ ਦੀ ਹਾਇਸ਼ੀਅਤ ਵਿੱਚ ਫੌਜੀ ਨੇ ਆਕੜਦਿਆਂ ਕਿਹਾ ਗੱਡੀ ਨੇ ਸੀਟੀ ਦੇ ਦਿੱਤੀ ਨੌਜਵਾਨ ਕੁੜੀ ਦ੍ਰਿੜ ਇਰਾਦੇ ਨਾਲ ਡੱਬੇ ਨੂੰ ਹੱਥ ਪਾ ਕੇ ਫੱਟੇ ਤੇ ਚੜ ਗਈ ਡੱਬੇ ਵਿੱਚੋਂ ਇੱਕ ਸਿੱਖ ਗੱਭਰੂ ਹੌਲੇ ਜਿਹੇ ਉੱਠਿਆ ਤੇ ਉਸ ਬੂਹਾ ਖੋਲ ਦਿੱਤਾ ਫੌਜੀ ਉਸ ਵੱਲ ਵੇਂਦਾ ਹੀ ਰਹਿ ਗਿਆ ਉਹ ਉਸ ਦੀ ਇਸ ਹਰਕਤ ਨੂੰ ਚੁੱਪਚਾਪ ਸਹਾਰ ਗਿਆ ਹੋਰ ਕਰਦਾ ਵੀ ਕੀ ਗੱਡੀ ਤੁਰ ਪਈ ਕੁੜੀ ਨੇ ਚੜ੍ਹਦਿਆਂ ਸਾਰ ਹੀ ਨੌਜਵਾਨ ਦਾ ਧੰਨਵਾਦ ਕੀਤਾ ਥਾਂ ਅੱਗੇ ਹੀ ਕੋਈ ਨਹੀਂ ਸੀ ਸਿਵਾਏ ਇਸ ਦੇ ਕਿ ਉਹ ਖਲੋਤੀ ਰਹਿੰਦੀ ਤੁਸੀਂ ਮੇਰੀ ਸੀਟ ਤੇ ਬਹਿ ਜਾਓ ਸ਼੍ਰੀਮਤੀ ਜੀ ਉਸ ਨੌਜਵਾਨ ਨੇ ਆਪਣੀ ਥਾਂ ਤੇ ਪਾਸਾ ਪਰਤਦਿਆਂ ਕਿਹਾ ਨਹੀਂ ਤੁਹਾਡੀ ਬੜੀ ਮਿਹਰਬਾਨੀ ਮੈਂ ਕਾਫੀ ਚਿਰ ਖਲੋ ਸਕਦੀ ਹਾਂ ਇਸਤਰੀ ਲਈ ਖਲੋਣਾ ਠੀਕ ਨਹੀਂ ਇਸ ਲਈ ਤੁਸੀਂ ਇੱਥੇ ਹੀ ਇੱਕ ਪਾਸੇ ਬੈਠ ਜਾਓ ਉਸ ਨੇ ਦੁਬਾਰਾ ਸ਼ੁਕਰੀਆ ਕਿਹਾ ਉਸਦੇ ਚਿਹਰੇ ਤੇ ਹਲਕੀ ਜਹੀ ਖੁਸ਼ੀ ਸੀ ਜਿਹੜਾ ਐਹਸਾਨ ਹੇਠ ਆਈ ਤਸੱਲੀ ਛੱਡ ਜਾਂਦੀ ਹੈ ਇੱਕ ਲਾਲਾ ਬੜਾ ਕਸੂਤਾ ਬੈਠਾ ਸੀ ਅਮੂਮਨ ਸੇਟ ਲਾਲੇ ਬੰਦੇ ਹੀ ਇਸ ਤਰ੍ਹਾਂ ਹਨ ਸਿੱਖ ਦੇ ਸਾਉ ਵਤੀਰੇ ਨੇ ਉਸ ਦੀ ਖੁਦਗਰਜ਼ੀ ਤੋਂ ਐਹਸਾਨ ਨੂੰ ਸੱਟ ਮਾਰੀ ਉਸ ਨੇ ਕੁਝ ਸ਼ਰਮ ਖਾਂਦਿਆਂ ਕਿਹਾ ਆ ਜਾਓ ਸਰਦਾਰ ਜੀ ਉਰੇ ਜਗ੍ਹਾ ਹੋਰ ਬਣਾ ਲੈਨੇ ਆ ਉਹ ਠੀਕ ਹੋ ਕੇ ਬਹਿ ਗਿਆ ਇੱਕ ਆਦਮੀ ਦੀ ਥਾਂ ਕੇਵਲ ਸਿੱਧੇ ਹੋ ਕੇ ਬੈਨ ਨਾਲ ਹੀ ਨਿਕਲ ਆਈ ਨੌਜਵਾਨ ਨੇ ਬੈੰਦਿਆਂ ਬਹੁਤ ਮਿਹਰਬਾਨੀ ਕਿਹਾ ਮਿਹਰਬਾਨੀ ਦੀ ਕਿਹੜੀ ਗੱਲ ਏ ਸਰਦਾਰ ਜੀ ਦੋ ਘੜੀ ਦਾ ਮੇਲਾ ਏ ਫੌਜੀ ਹਾਲੇ ਵੀ ਲਜਜਤ ਨਹੀਂ ਸੀ ਹੁੰਦਾ ਸਗੋਂ ਬੁੱਲ ਟੋਕ ਰਿਹਾ ਸੀ ਫੌਜੀ ਬਹੁਤ ਘੱਟ ਅਫਸੋਸ ਕਰਨਾ ਜਾਣਦੇ ਹਨ ਆਪਣੀ ਹਾਰ ਨੂੰ ਵੀ ਕਿਸੇ ਜੇਤੂ ਦਲੀਲ ਵਿੱਚ ਮੰਨਦੇ ਹਨ ਸਿੱਖ ਨੌਜਵਾਨ ਤੇ ਉਹ ਕੁੜੀ ਬਰਾਬਰ ਦੀਆਂ ਸੀਟਾਂ ਤੇ ਬੈਠੇ ਸਨ ਦੋਹਾਂ ਦੇ ਚਿਹਰਿਆਂ ਤੇ ਸੁਤਰੀ ਤਹਿਜ਼ੀਬ ਦੇ ਸਿਆਣੇ ਚਿੰਨ ਸਨ ਕੁੜੀ ਨੇ ਅਹਿਸਾਸ ਜਿਤਾਉਂਦਿਆਂ ਕਿਹਾ ਭਰਾ ਜੀ ਮੈਂ ਤੁਹਾਡੀ ਬੜੀ ਮਸ਼ਕੂਰ ਹਾਂ ਬੀਬੀ ਜੀ ਛੋਟੀਆਂ-ਛੋਟੀਆਂ ਗੱਲਾਂ ਤੇ ਅਹਿਸਾਨ ਨਹੀਂ ਜਿਤਾਉਣਾ ਚਾਹੀਦਾ ਅਤੇ ਨਾ ਹੀ ਇੱਕ ਮਨੁੱਖ ਨੂੰ ਧੰਨਵਾਦ ਦੀ ਭੁੱਖ ਨਾਲ ਅਜਿਹਾ ਕੁਝ ਕਰਨਾ ਚਾਹੀਦਾ ਹੈ ਨੌਜਵਾਨ ਨੇ ਜਵਾਬ ਦਿੱਤਾ ਤੁਹਾਡੀਆਂ ਗੱਲਾਂ ਬੜੀਆਂ ਅਸਰ ਵਾਲੀਆਂ ਹਨ ਕਿਸੇ ਮਿੱਠੀ ਚਰਚਾ ਨਾਲ ਸਾਡਾ ਸਫ਼ਰ ਵੀ ਸੁਆਦੀ ਮੁੱਕੇਗਾ ਅਸਰ ਤੇ ਸੁਆਦ ਦੋ ਵੱਖ-ਵੱਖ ਚੀਜ਼ਾਂ ਹਨ ਅਸੀਂ ਬੋਲਦੇ ਹਾਂ ਬੁੱਧੀ ਉਸ ਦੇ ਅਰਥ ਨੂੰ ਅਨੁਭਵ ਕਰਕੇ ਆਨੰਦ ਮਾਨਦੀ ਹੈ ਸਾਗਰ ਦੀ ਲਹਿਰ ਤੇ ਡਿੱਗੀ ਸੂਰਜ ਰਿਸ਼ਮ ਵਾਂਗ ਕੁੜੀ ਦਾ ਮੁਖ ਖੁਸ਼ੀ ਨਾਲ ਥੋੜਾ ਜਿਹਾ ਚਮਕਿਆ ਉਹ ਆਪਣੇ ਆਪ ਨੂੰ ਉਸ ਦੇ ਰਸੀਲੇ ਸ਼ਬਦਾਂ ਨਾਲ ਪ੍ਰਸੰਨ ਮਹਿਸੂਸ ਕਰ ਰਹੀ ਸੀ ਨਹੀਂ ਸੀ ਜਾਣਦੀ ਕਿ ਖੁਸ਼ੀ ਉਸ ਦੇ ਹੀ ਅੰਦਰੋਂ ਉੱਠ ਕੇ ਚਿਹਰੇ ਤੇ ਨੱਚ ਰਹੀ ਹੈ ਤੁਸੀਂ ਕਿੱਥੇ ਜਾ ਰਹੇ ਹੋ ਭਰਾ ਜੀ ਉਹ ਕਾਲੀਆਂ ਪੁੱਛਿਆ ਮੈਂ ਉਕਾੜੇ ਉੱਤਰ ਜਾਣਾ ਏ ਨੋਜਵਾਨ ਨੇ ਸੁਭਾਵਕ ਕਿਹਾ ਤਾ ਤੇ ਬੜੀ ਖੁਸ਼ੀ ਦੀ ਗੱਲ ਐ ਮੈਂ ਵੀ ਉਕਾੜੇ ਹੀ ਜਾਣਾ ਹੈ ਖਾਸ ਉਕਾੜੇ ਹੀ ਜਾਂ ਅੱਗੇ ਕਿਸੇ ਪਿੰਡ ਵੀ ਮੈਂ ਕਿਸ਼ਨ ਸਿੰਘ ਰਸਾਲਦਾਰ ਦੇ ਚੱਕ ਜਾਣਾ ਐ ਸਟੇਸ਼ਨ ਤੇ ਕੋਈ 1.5 ਕੁ ਮੀਲ ਤੇ ਹੈ ਫਿਰ ਤੇ ਮੈਨੂੰ ਵੀ ਤੁਹਾਡੇ ਪਿੰਡ ਦਾ ਸਨੀਕ ਹੋਣ ਦਾ ਮਾਣ ਹੈ ਮੈਂ ਰਸਾਲਦਾਰ ਕਿਸ਼ਨ ਸਿੰਘ ਦੀ ਲੜਕੀ ਹਾਂ ਮੇਰਾ ਨਾਮ ਦਲੀਪਕੌਰ ਹੈ ਅਤੇ ਹੁਣ ਮੈਂ ਆਪਣੇ ਨਾਨਕਿਆ ਤੋਂ ਆ ਰਹੀ ਹਾਂ ਕਿ ਮੈਂ ਤੁਹਾਡਾ ਸ਼ੁਭਨਾਮ ਸੁਣ ਸਕਦੀ ਹਾਂ ਦਲੀਪ ਨੇ ਆਪਣੇ ਸੰਖੇਪ ਵਾਕ ਵੀ ਕਰਵਾਉਂਦਿਆਂ ਕਿਹਾ ਜਰੂਰ ਮੇਰਾ ਨਾਮ ਕਵਰ ਸਿੰਘ ਹੈ ਤੁਹਾਡੇ ਸਿਆਣੇ ਪਿਤਾ ਮੇਰੇ ਬڑے ਮਿੱਤਰ ਹਨ ਮੈਂ ਤੁਹਾਨੂੰ ਕਿਉਂ ਨਹੀਂ ਜਾਣਦੀ ਇਸ ਦੀ ਖਾਸ وجہ ਹੈ ਮੇਰੇ ਪਿਤਾ ਜਮਾਦਾਰ ਦੀ ਹਾਇਸियत ਵਿੱਚ ਪਿਛਲੇ ਲੜਾਈ ਚ ਫਰਾਂਸ ਮਾਰੇ ਗਏ ਸਨ 2 ਮਰਬੇ ਤੇ 15 ਰੁਪਏ ਮੇਰੀ ਮਾਤਾ ਨੂੰ ਪੈਨਸ਼ਨ ਲੱਗੀ ਅਤੇ ਮੇਰੀ تعلیم ਮੁਫਤ ਹੁਣ ਤੱਕ ਅਸੀਂ ਆਪਣੇ ਪਿਛਲੇ ਪਿੰਡ ਲੁਧਿਆਣੇ ਵਿੱਚ ਹੀ ਰਹਿ ਰਹੇ ਹਾਂ ਅਤੇ 6 ਮਹੀਨੇ ਤੋਂ ਹੀ ਤੁਹਾਡੇ ਪਿੰਡ ਰਹਿ ਰਹੇ ਹਾਂ ਕਵਰ ਨੇ ਆਪਣਾ ਆਪ ਦੱਸਾਇਆ ਬੜੀ ਸੋਹਣੀ ਗੱਲ ਹੈ ਸਾਡਾ ਕੱਚਾ ਸਫਰ ਵੀ ਬੜਾ ਚੰਗਾ ਖਤਮ ਹੋਵੇਗਾ ਚੰਗੀ ਜਾਂ ਬੁਰੀ ਭਾਵਨਾ ਸਾਡੀ ਇੱਛਾ ਸ਼ਕਤੀ ਤੇ ਭਾਰੂ ਹੈ ਜਾਂ ਜੀਵਨ ਇੱਛਾ ਸ਼ਕਤੀ ਦੇ ਅਧੀਨ ਜੀਵਨ ਕਿਉਂ ਕਿਸੇ ਦਾ ਗੁਲਾਮ ਹੋਵੇ ਕਿਉਂ ਨਾ ਪਾਣੀ ਵਾਂਗ ਬੇਪਰਵਾਹ ਵਗਦਾ ਰਹੇ ਉਹਨਾਂ ਜ਼ਰੂਰ ਬੇਪਰਵਾਹ ਚਾਹੀਦਾ ਹੈ ਪਰ ਅਸੀਂ ਮਨ ਦੀ ਇੱਛਾ ਨੂੰ ਕਤਲ ਨਹੀਂ ਕਰ ਸਕਦੇ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਦਲੀਪ ਨੇ ਕੁਝ ਮਹਿਸੂਸ ਕਰਦਿਆਂ ਕਿਹਾ ਇਹ ਕੁਦਰਤੀ ਹੈ ਕਿ ਜੀਵਨ ਮਨੁੱਖ ਦੀ ਆਪਣੀ ਕਲਪਨਾ ਵਰਗਾ ਹੀ ਹੁੰਦਾ ਹੈ ਮੈਂ ਇਸ ਤੋਂ ਬਹੁਤਾ ਕੀ ਕਹਿ ਸਕਦਾ ਹਾਂ ਕਿ ਆਦਮੀ ਆਪਣੀ ਖੁਸ਼ੀ ਤੇ ਨਰਵਾ ਮਾਣ ਕਰ ਸਕੇ ਸ਼ਾਇਦ ਸਟੇਸ਼ਨ ਆ ਗਿਆ ਹੈ ਕਿਉਂਕਿ ਗੱਡੀ ਹੌਲੀ ਹੋ ਰਹੀ ਹੈ ਦਲੀਪ ਨੇ ਆਪਣੇ ਸੂਟਕੇਸ ਵੱਲ ਵਿੰਦਿਆ ਕਿਹਾ ਕੜੱਚ ਕੜੱਚ ਕਰਦੀ ਗੱਡੀ ਲਾਈਨ ਬਦਲ ਰਹੀ ਸੀ ਅਤੇ ਦੂਜੇ ਹੀ ਪਲ ਉਹ ਉਕਾੜੇ ਤੇ ਸਟੇਸ਼ਨ ਤੇ ਆ ਖਲੋਤੀ ਗੱਡੀ ਨੇ ਖਲੋਂਦਿਆਂ ਸਾਰ ਹੀ ਚੀਕ ਮਾਰ ਦਿੱਤੀ ਦਲੀਪ ਕਾਲੀ ਨਾਲ ਉੱઠી ਪਰ ਗੱਡੀ ਦੇ ਧੱਕੇ ਨਾਲ ਕਵਰ ਉੱਤੇ ਹੀ ਡਿੱਗ ਪਈ ਉਸਨੇ ਹੱਸਦਿਆਂ ਕਵਰ ਨੂੰ ਮਾਫ਼ ਕਰਨਾ ਕਿਹਾ ਕਵਰ ਨੇ ਉਸਦੇ ਹੱਥੋਂ ਸੂਟਕੇਸ ਫੜ ਲਿਆ ਦਲੀਪ ਆਪ ਚੁੱਕਣਾ ਚਾਹੁੰਦੀ ਸੀ ਕਵਰ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਥੱਲੇ ਉਤਰੋ ਉੱਤਰ ਦੀ ਦਲੀਪ ਨੇ ਫੌਜੀ ਵਾਲ ਵੇਖਿਆ ਉਸਦੇ ਮੂੰਹ ਤੇ ਹਜੇ ਵੀ ਖਿਮਾਹੀਨ ਕੂਰੀ ਸੀ ਕਵਰ ਨੇ ਲਾਲੇ ਹੋਰਾਂ ਤੋਂ ਤੇ ਦੂਜੇ ਸਾਥੀਆਂ ਤੋਂ ਮੁਆਫੀ ਮੰਗਦਿਆਂ ਵਿਦਾ ਲਈ ਪਲੇਟਫਾਰਮ ਤੇ ਉੱਤਰ ਕੇ ਫੌਜੀ ਸਿੱਖ ਨੂੰ ਸਤਿ ਸ੍ਰੀ ਅਕਾਲ ਬੁਲਾਈ ਪਰ ਉਸ ਮੂੰਹ ਦੂਜੇ ਬੰਨੇ ਕਰ ਲਿਆ ਕਵਰ ਨੇ ਜਾਣ ਲਿਆ ਕਿ ਫੌਜੀ ਜਿੱਦੀ ਤੇ ਸਲੀਕੇ ਤੋਂ ਵੀ ਕੋਰੇ ਹੁੰਦੇ ਹਨ ਜਿੰਨੀਆਂ ਕੁ ਸਵਾਰੀਆਂ ਲੱਥੀਆਂ ਓਨੀਆਂ ਕੁ ਚੜ ਗਈਆਂ ਕਈਆਂ ਦੀਆਂ ਅੱਖਾਂ ਵਿੱਚ ਵਿਛੋੜੇ ਦੇ ਹੰਝੂ ਸਨ ਕਈ ਨਵੇਂ ਮਿਲਿਆਂ ਦੇ ਚਾ ਬਹਾਰ ਦੇ ਫੁੱਲਾਂ ਵਾਂਗ ਖਿੜੇ ਹੋਏ ਸਨ ਪਲੇਟਫਾਰਮ ਤੇ ਕਿਸੇ ਨੂੰ ਕਿਸੇ ਦੀ ਬਹੁਤ ਘੱਟ ਪਰਵਾਹ ਹੁੰਦੀ ਹੈ ਇੱਕ ਕਾਲੀ ਜਾ ਰਹੇ ਜੰਗਲੀ ਮੁਸਲਮਾਨ ਦਾ ਮੋਢਾ ਦਲੀਪ ਨੂੰ ਵੱਜਾ ਦਲੀਪ ਉਸ ਨੂੰ ਕੋੜਾ ਫਿੱਕਾ ਕਹਿਣ ਹੀ ਵਾਲੀ ਸੀ ਕਿ ਕਵਰ ਨੇ ਹਿਲਦੇ ਸਿਰ ਨੇ ਰੋਕ ਦਿੱਤਾ ਜੋ ਕਿਸੇ ਕਾਸੋਂ ਗਲਤੀ ਹੋ ਜਾਵੇ ਤਾਂ ਖਿਮਾ ਕਰੋ ਕੋ ਬਚਨ ਆ ਕੇ ਉਸ ਦੇ ਦਿਲ ਵਿੱਚ ਆਪਣੀ ਬਾਬਤ ਨਫ਼ਰਤ ਨੂੰ ਥਾਂ ਨਾ ਦੇਵੋ ਸਗੋਂ ਨੇਕੀ ਪਰੇਵਤੀਰੇ ਨਾਲ ਉਸ ਨੂੰ ਆਪਣਾ ਬਣਾਉਣਾ ਚਾਹੀਦਾ ਹੈ ਦਲੀਪ ਨੇ ਮੁਸਕਰਾਉਂਦਿਆ ਕਿਹਾ ਮੈਂ ਅੱਜ ਬੜੀਆਂ ਗਲਤੀਆਂ ਕੀਤੀਆਂ ਹਨ ਪਰ ਕਈ ਨਵੀਆਂ ਗੱਲਾਂ ਵੀ ਸਿੱਖੀਆਂ ਹਨ ਗਲਤੀਆਂ ਸਿਆਣਪ ਦੀ ਖੋਜ ਵਿੱਚ ਆਪਾ ਫਨਾ ਕਰਦੀਆਂ ਹਨ ਅਤੇ ਨਵੀਂ ਖੁਸ਼ੀ ਲਈ ਆਸ਼ੀਰਵਾਦ ਹੁੰਦੀਆਂ ਹਨ ਦੋਵੇਂ ਪਿਕਟਫੜਾ ਸਟੇਸ਼ਨ ਤੋਂ ਆਪਣੇ ਪਿੰਡ ਵੱਲ ਤੁਰ ਪਏ। ਦਲੀਪ ਨੇ ਆਪਣਾ ਸੂਟਕੇਸ ਚੁੱਕਣ ਲਈ ਕਬਰ ਨੂੰ ਬਥੇਰਾ ਕਿਹਾ ਪਰ ਉਹ ਨਾ ਮੰਨਿਆ ਸਗੋਂ ਆਖਣ ਲੱਗਾ ਆਦਮੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਇਸਤਰੀ ਭਾਰ ਚੁੱਕੀ ਨਾਲ ਜਾ ਰਹੀ ਹੋਵੇ। ਪਿਆ ਛੱਡ ਕੇ ਹੁਣ ਉਹ ਦੋਵੇਂ ਇੱਕ ਡੰਡੀ ਤੇ ਪੈ ਗਏ। ਖੇਤ ਬਿਲਕੁਲ ਗਰੀਬ ਦੀ ਜ਼ਿੰਦਗੀ ਵਾਂਗ ਰੁੱਖੇ ਸਨ। ਕਿਤੇ ਕਿਤੇ ਵਟਾਂ ਦਾ ਕਾ ਵਿਯੋਗਨ ਦੀਆਂ ਆਸਾਂ ਵਾਂਗ ਹਰੀ ਪਾ ਮਾਰ ਰਿਹਾ ਸੀ ਉਪਰੋ ਥੱਲੀ ਦੋ ਖਾਲ ਟੱਪਣ ਨਾਲ ਤਲੀਪ ਦਾ ਸਾਹ ਕਾਲਾ ਪੈ ਗਿਆ ਅਤੇ ਛਾਤੀਆਂ ਦਾ ਉਬਾਰ ਪਾਣੀ ਵਿੱਚ ਡਿੱਗੀ ਗੇਂਦ ਵਾਂਗ ਉਤਾ ਹਿਠਾਂ ਹੋ ਰਿਹਾ ਸੀ ਕਮਰ ਦੀ ਸਧਾਰਨ ਨਜ਼ਰ ਨੇ ਇਸ ਦ੍ਰਿਸ਼ ਨੂੰ ਵਿੰਦਿਆ ਕਿਹਾ ਜ਼ਿੰਦਗੀ ਵਿੱਚ ਆਈਆਂ ਮੁਸ਼ਕਲਾਂ ਮਨੁੱਖ ਨੂੰ ਹੌਸਲੇ ਨਾਲ ਜਰਨੀਆਂ ਚਾਹੀਦੀਆਂ ਹਨ ਪਰ ਕਮਰ ਜੀ ਜੇ ਕਿਸੇ ਦੇ ਸਿਰ ਤੋਂ ਹੀ ਪਾਣੀ ਵਗ ਜਾਵੇ ਉਸ ਵੇਲੇ ਘਬਰਾ ਜਾਣਾ ਸਿਵਾਏ ਜ਼ਿੰਦਗੀ ਨੂੰ ਹੋਰ ਤਖਾਨ ਦੇ ਮਾਇੂਸ ਕਰਨ ਦੇ ਕੁਝ ਨਾ ਹੋਵੇਗਾ ਇਸ ਦੇ ਉਲਟ ਲੰਮਾ ਵਿਸ਼ਵਾਸ ਆਦਮੀ ਨੂੰ ਕਿਸੇ ਮੰਜ਼ਲ ਤੇ ਪਹੁੰਚਾ ਦੇਵੇਗਾ ਉਹ ਪਿੰਡ ਦੀ ਨਿਆਈ ਵਿੱਚ ਆ ਗਏ ਸਨ ਕਵਰ ਨੇ ਸੂਟਕੇਸ ਘਰ ਪਹੁੰਚਾਉਣ ਲਈ ਬੇਨਤੀ ਕੀਤੀ ਪਰ ਦਲੀਪ ਨੇ ਸੂਟਕੇਸ ਫੜਦਿਆਂ ਕਿਹਾ ਅੱਜ ਤੁਹਾਨੂੰ ਮੇਰੇ ਕਾਰਨ ਬੜੀ ਤਕਲੀਫ ਹੋਈ ਇਸ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਵਰ ਨੇ ਸਤਕਾਰ ਨਾਲ ਸੂਟਕੇਸ ਫੜਾ ਦਿੱਤਾ ਫਿਰ ਦੋਹਾਂ ਨੇ ਇਕੱਠਿਆਂ ਹੀ ਸਤਿ ਸ਼੍ਰੀ ਅਕਾਲ ਕਹੀ ਅਤੇ ਵੱਖ-ਵੱਖ ਪਾਸੇ ਮੁੜ ਗਏ ਧੰਨਵਾਦ ਇਸ ਨਾਵਲ ਦੇ ਅਗਲੇ ਭਾਗ ਨੂੰ ਸੁਣਨ ਵਾਸਤੇ ਆਡੀਓ ਨਾਵਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਜੀ